ਇੱਕ ਪਰਿਵਾਰ ਦਾ ਆਪਣੇ ਪਾਲਤੂ ਕੁੱਤੇ ਦੇ ਨਾਲ ਅਥਾਹ ਪਿਆਰ ਦੇਖਣ ਨੂੰ ਮਿਲਿਆ। ਦਰਅਸਲ ਕਿਹਾ ਜਾ ਰਿਹਾ ਕਿ ਜਦੋਂ ਇਹ 40 ਦਿਨ ਦਾ ਸੀ ਉਦੋਂ ਇਹ ਪਰਿਵਾਰ ਲੈ ਕੇ ਆਇਆ ਸੀ ਤੇ ਹੁਣ ਇਹ 1.5 ਸਾਲ ਦਾ ਹੋ ਗਿਆ। ਫਿਲਹਾਲ ਇਹ ਕੁੱਤਾ ਹੁਣ ਘਰ ਤੋਂ ਗਾਇਬ ਹੋ ਗਿਆ ਤੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਹੀ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜਿਸ ਨੂੰ ਵੀ ਇਹਨਾਂ ਦਾ ਕੁੱਤਾ ਮਿਲੇ ਤਾਂ ਉਹ ਉਹਨਾਂ ਨੂੰ ਵਾਪਸ ਕਰ ਦੇਵੇ। ਬਦਲੇ ਦੇ ਵਿੱਚ ਉਹਨਾਂ ਨੂੰ 10,000 ਰੁਪਏ ਦਾ ਨਗਦ ਇਨਾਮ ਵੀ ਇਹਨਾਂ ਦੇ ਵੱਲੋਂ ਦਿੱਤਾ ਜਾਵੇਗਾ। ਹਾਲਾਂਕਿ ਪਰਿਵਾਰ ਦਾ ਇਸ ਕੁੱਤੇ ਦੇ ਨਾਲ ਇੰਨਾ ਪਿਆਰ ਸੀ ਕਿ ਇਸਦਾ ਨਾਮ ਚੀਕੂ ਰੱਖਿਆ ਸੀ ਤੇ ਇੰਗਲੈਂਡ ਤੋਂ ਕਿਹਾ ਜਾ ਰਿਹਾ ਕਿ ਇਸਦੇ ਖੇਡਣ ਦੇ ਲਈ ਖਿਡੌਣੇ ਮੰਗਵਾਏ ਗਏ ਸੀ। ਤਾਂ ਦੱਸ ਦਈਏ ਕਿ ਲੁਧਿਆਣਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਆਪਣੇ ਪਾਲਤੂ ਕੁੱਤੇ ਦੇ ਨਾਲ ਮਾਲਕਾਂ ਦਾ ਅਥਾਹ ਪਿਆਰ ਦੇਖਣ ਨੂੰ ਮਿਲਿਆ। ਫਿਲਹਾਲ ਇਹ ਕੁੱਤਾ ਘਰੋਂ ਗਾਇਬ ਦੱਸਿਆ ਜਾ ਰਿਹਾ। ਅਚਾਨਕ ਹੀ ਪਰਿਵਾਰ ਦਾ ਕਹਿਣਾ ਹੈ ਕਿ ਦਰਵਾਜ਼ਾ ਖੁੱਲ੍ਹਾ ਰਹਿ ਗਿਆ ਅਤੇ ਇਹ ਕੁੱਤਾ ਸੜਕ 'ਤੇ ਚਲਾ ਗਿਆ। ਹਾਲਾਂਕਿ ਕੁੱਤੇ ਦੀ ਸੜਕ 'ਤੇ ਜਾਣ ਦੀ CCTV ਫੁਟੇਜ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਇਹ ਕੁੱਤਾ ਸੜਕ ਦੇ ਉੱਤੇ ਘੁੰਮਦਾ ਦਿਖਾਈ ਦੇ ਰਿਹਾ, ਪਰ ਉਸ ਤੋਂ ਬਾਅਦ ਇਸਦਾ ਕੁਝ ਵੀ ਪਤਾ ਨਹੀਂ ਲੱਗਿਆ ਅਤੇ ਪਰਿਵਾਰ ਦੇ ਵੱਲੋਂ ਇੰਨਾ ਪਿਆਰ ਇਸ ਕੁੱਤੇ ਦੇ ਨਾਲ ਸੀ ਕਿ ਇਸਦੇ ਜਾਣ ਤੋਂ ਬਾਅਦ ਉਹਨਾਂ ਨੇ ਰੋਟੀ ਖਾਣੀ ਵੀ ਛੱਡ ਦਿੱਤੀ ਹੈ ਅਤੇ ਸਿਰਫ ਔਰ ਸਿਰਫ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ। ਤਾਂ ਦੱਸ ਦਈਏ ਕਿ ਲੁਧਿਆਣਾ ਤੋਂ ਇਹ ਮਾਮਲਾ ਸਾਹਮਣੇ ਆਇਆ। ਸਾਡਾ ਡੌਗੀ ਵੀਰ ਜੀ ਗੁੰਮ ਹੋ ਗਿਆ ਰਾਤ ਦਾ। ਡੌਗੀ ਗੁੰਮ ਹੋ ਗਿਆ ਸਾਡਾ, ਲੱਭਿਆ ਨਹੀਂ ਸੀ। ਸਾਰੀ ਰਾਤ ਭਾਜੀ ਲੱਭਿਆ, ਸਵੇਰੇ ਵੀ ਲੱਭਿਆ ਵਾ ਕਾਫੀ। ਸਵੇਰ ਦਾ ਮੇਰਾ ਬੇਟਾ ਲੱਭ ਰਿਹਾ, ਕਦੇ ਕਿਸੇ ਦੇ ਕੈਮਰੇ ਥਾਣੀ ਦੇਖ ਰਿਹਾ ਵਾ। ਸੜਕ ਦੇ ਵਿਚਕਾਰ ਹੀ ਸੀ, ਇੱਧਰ ਨੂੰ ਭੱਜਿਆ ਫੌਜੀ ਢਾਬੇ ਵਾਲੇ ਪਾਸੇ ਨੂੰ। ਹੁਣ ਅੱਗੋਂ ਕਿਸੇ ਦੇ ਕੈਮਰੇ ਨਹੀਂ ਹੈਗੇ ਕਿ ਪਤਾ ਨਹੀਂ ਲੱਗ ਰਿਹਾ ਕਿਹੜੀ ਡਾਇਰੈਕਸ਼ਨ 'ਚ ਗਿਆ ਉਹ। ਗਲੀਆਂ ਸਾਰਾ ਲੱਭਿਆ? ਹਾਂਜੀ ਸਾਰਾ ਜੀ, ਸਾਰਾ ਰਾਤ, ਸਾਰੀ ਰਾਤ ਅਸੀਂ ਲੱਭਦੇ ਰਹੇ। ਕੰਪਲੇਂਟ ਵੀ ਲਗਾਈ ਕੋਈ ਤੁਸੀਂ? ਹਾਂਜੀ। ਅੱਛਾ, ਕੀ ਮੰਗ ਹੈ ਤੁਹਾਡੀ? ਸਾਡਾ ਇਹ ਹੈ ਕਿ ਮਿਹਰਬਾਨੀ ਕਰਕੇ ਕਿਸੇ ਨੂੰ ਵੀ ਸਾਡਾ ਡੌਗੀ ਮਿਲਦਾ, ਪਲੀਜ਼ ਕਿਰਪਾ ਕਰਕੇ ਸਾਡਾ ਡੌਗੀ ਸਾਨੂੰ ਦੇ ਦਿਓ। ਜੋ ਚਾਹੇ, ਅਸੀਂ 10,000 ਰੁਪਇਆ ਦੇਣ ਨੂੰ ਤਿਆਰ ਹਾਂ। ਸਾਡਾ ਡੌਗੀ ਸਾਨੂੰ ਮਿਲ ਜਾਵੇ, ਸਾਡੇ ਬੱਚਿਆਂ ਵਰਗਾ, ਅਸੀਂ ਬੱਚਿਆਂ ਵਾਂਗੂ ਪਾਲਿਆ ਉਹਨੂੰ ਹੱਥੀਂ। ਸਾਡਾ ਮਨ ਨਹੀਂ ਲੱਗਦਾ, ਅਸੀਂ ਦੋਵੇਂ ਜੀ ਇਕੱਲੇ ਰਹਿੰਦੇ ਹਾਂ, ਅਸੀਂ ਉਹਦੇ ਨਾਲ ਹੀ ਟਾਈਮ ਸਪੈਂਡ ਕਰਦੇ ਸੀ ਆਪਣੇ ਡੌਗੀ ਦੇ ਨਾਲ। ਪਲੀਜ਼ ਮੇਰੇ ਪੁੱਤਾਂ ਵਾਂਗੂ ਪਾਲਿਆ ਹੋਇਆ, ਮੇਰਾ ਡੌਗੀ ਮੇਰਾ ਵਾਪਸ ਮੈਨੂੰ ਦੇ ਦਿਓ। ਮੇਰਾ ਚੀਕੂ ਨਾਮ ਆ ਸਾਡੇ ਦਾ। ਮੈਂ ਤਾਂ ਪਰਮਾਤਮਾ ਅੱਗੇ ਅਰਦਾਸ ਕਰਦਾ ਵਾਂ ਕੁੱਤਾ ਮੈਨੂੰ ਮਿਲ ਜਾਵੇ, ਜੇ ਨਾ ਮਿਲੇ ਜਿਹਨੇ ਵੀ ਕਿਸੇ ਨੇ ਰੱਖਿਆ ਚੰਗੀ ਤਰ੍ਹਾਂ ਰੱਖੇ ਉਹਦੀ ਸੇਵਾ ਕਰੇ। ਚੀਕੂ ਨਾਮ ਹੈ ਉਹਦਾ। ਅਤੇ ਜੇ ਮੈਂ ਜੇ ਵੀਡੀਓ ਦੇਖ ਕੇ ਮੈਨੂੰ ਦੇ ਦੇਵੇ ਵਾਪਸ ਤਾਂ ਮੈਂ ਉਹਦਾ ਬਹੁਤ ਸ਼ੁਕਰ ਗੁਜ਼ਾਰ ਕਰਾਂਗਾ, ਅਤੇ ਮੈਂ 10,000 ਰੁਪਇਆ ਵੀ ਦੇ ਦਾਂ। 10,000 ਰੁਪਇਆ ਨਾਮ ਵੀ ਦਿਓਗੇ? ਕੋਈ CCTV ਕੈਮਰੇ ਫੁਟੇਜ ਆਈ ਆ? ਕੈਮਰੇ ਫੋਟੋ ਖਿਚਾਈ ਵਿਚਾਰਾ ਇੱਧਰ ਭੱਜਿਆ ਜਾਂਦਾ ਵਾ ਦੁਗਰੀ ਰੋਡ 'ਤੇ, ਉਹ ਕਢਾਈ ਹੈ ਮੈਂ।
ਅੱਛਾ ਵੀਡੀਓ ਉਹ ਮੈਂ ਤੁਹਾਨੂੰ ਦੇ ਦਿੰਦਾ ਵੀਡੀਓ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿੰਦਾ ਮੇਰਾ ਕਿਹੜੀ ਜਗ੍ਹਾ ਅਗਰ ਜੇ ਮਿਲ ਵੀ ਜਾਂਦਾ ਤੇ ਡੋਗੀ ਤਾਂ ਤੁਹਾਨੂੰ ਕਿਹੜੀ ਜਗ੍ਹਾ ਕਨੈਕਟ ਕਰਾਂ ਤੁਹਾਡਾ ਮੇਰਾ ਦੁਗਰੀ ਰੋਡ ਤੇ ਮੇਨ ਰੋਡ ਤੇ ਘਰ ਹੈ ਜੀ ਫੂਡ ਕੰਪਲੈਕਸ ਮਾਟਾ ਪੈਸ ਦੇ ਨਾਲ ਫੂਡ ਕੰਪਲੈਕਸ ਦੇ ਕੋਲ ਜੀ ਠੀਕ ਹੈ ਤੇ ਇਸ ਨਾਮ ਤੇ ਜਾਣਿਆ ਜਾਂਦਾ ਤੁਹਾਨੂੰ ਮੇਰਾ ਨਾਮ ਰਜਿੰਦਰ ਸਿੰਘ ਲੱਡੂ ਆ ਆਮ ਆਦਮੀ ਪਾਰਟੀ ਤੋਂ ਕਿਸੇ ਨੂੰ ਪਤਾ ਵਾ ਬਾਹਰ ਬੋਰਡ ਲੱਗਾ ਹੋਇਆ ਮੇਨ ਦੁਗਰੀ ਰੋਡ ਤੇ ਉੱਤੇ ਹੀ ਆ ਤੇ ਜੇ ਕਿਸੇ ਨੂੰ ਮੇਰੇ ਵੀਰ ਨੂੰ ਡੋਗੀ ਮਿਲੇ ਤੇ ਮੇਰਾ ਮੋਬਾਈਲ ਨੰਬਰ 9898 1582881 ਜੇ ਕਿਸੇ ਨੂੰ ਮਿਲੇ ਕੁੱਤੇ ਮੈਨੂੰ ਫੋਨ ਕਰ ਦੇਵੇ ਮੈਂ ਉਹਨਾਂ ਕੋਲ ਆਪ ਜਾ ਕੇ ਲੈ ਆਵਾਂਗਾ ਅਤੇ ਬੜੀ ਮਿਹਰਬਾਨੀ ਹੋਊਗੀ ਸਾਡਾ ਦਿਲ ਨਹੀਂ ਲੱਗ ਰਿਹਾ ਬਹੁਤ ਸਾਡਾ ਮੂਡ ਖਰਾਬ ਆ ਜੇ ਸਾਡਾ ਮਿਹਰਬਾਨੀ ਹੋਊਗੀ ਬਹੁਤ ਜ਼ਿਆਦਾ ਮਿਹਰਬਾਨੀ ਹੋਊਗੀ ਜਿਹੜਾ ਸਾਨੂੰ ਕੁੱਤਾ ਸਾਡਾ ਵਾਪਸ ਦੇ ਜੂ ਉਹਦੇ ਖਿਡੌਣੇ ਵੀ ਹੈ ਡੋਗੀ ਦੇ ਇੰਗਲੈਂਡ ਤੋਂ ਮੰਗਵਾਏ ਬਾਹਰੋਂ ਜੀ ਸਪੈਸ਼ਲ ਬਾਹਰੋਂ ਮੰਗਵਾਏ ਕੋਰੀਅਰ ਹੋਈ ਯਾਦਾਂ ਰਹਿ ਗਈਆਂ ਤੁਹਾਡੇ ਕੋਲ ਹੋਰ ਯਾਦਾਂ ਰਹਿ ਗਈਆਂ ਬੱਸਾਂ ਤੋਂ ਡੋਗੀ ਬਾਹਰੋਂ ਮੰਗਵਾਏ ਚਾਈਨਾ ਇਹਦਾ ਬੜਾ ਖੇਡਦਾ ਹੁੰਦਾ ਚੱਕ ਕੇ ਕੋਠੇ 'ਤੇ ਲੈ ਜਾਂਦਾ ਹੁੰਦਾ ਸੀ ਇਹਨੂੰ ਠੀਕ